लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। ਸੰਗਰੂਰ ਦੇ ਭਗਵਾਨਪੁਰ ਚ ਬੋਰਵੈਲ ਚ ਡਿੱਗੇ ਬੱਚੇ ਨੂੰ ਬਾਹਰ ਕੱਢਣ ਲਈ ਪੂਰੀ ਜੱਦੋਜਹਿਦ ਹੋ ਰਹੀ ਹੈ। ਉਧਰ ਦੂਸਰੇ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਬੱਚਾ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿਸੇ ਔਰਤ ਵੱਲੋਂ 8 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ ਫਰਾਰ ਹੋ ਗਈ। ਦਰਅਸਲ ਬਿਨੇ ਪਾਂਡੇ ਨਾਮ ਦੀ ਔਰਤ ਨੇ ਥਾਣਾ ਕੋਤਵਾਲੀ ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪਰਿਵਾਰ ਨਾਲ ਝਗੜਾ ਕਰਕੇ 20 ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਚ ਰਹਿ ਰਹੀ ਸੀ ਤੇ ਉੱਥੇ ਉਸਦੀ ਜਾਣ ਪਹਿਚਾਣ ਇੱਕ ਔਰਤ ਨਾਲ ਹੋਈ, ਜਿਸ ਨੇ ਮੌਕਾ ਦੇ ਕੇ ਬੱਚੇ ਨੂੰ ਚੋਰੀ ਕਰ ਲਿਆ ਤੇ ਉੱਥੋਂ ਫਰਾਰ ਹੋ ਗਈ। ਵਿਨੇ ਪਾਂਡੇ ਨਾਂ ਦੀ ਇੱਕ ਲੇਡੀਜ਼ ਜਿਹੜੀ ਹੈ, ਇਹਨੇ ਆਣ ਕੇ 5 ਤਰੀਕ ਨੂੰ 5/6/19 ਨੂੰ ਕੋਤਵਾਲੀ ਥਾਣੇ ਆਪਣਾ ਜਿਹੜੀ ਰਿਪੋਰਟ ਲਿਖਾਈ ਕਿ ਉਹ ਆਪਣੇ ਘਰ ਦੇ ਨਾਲ ਲੜਕੇ ਕਰੀਬ 20 ਦਿਨ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਅਤੇ ਇੱਥੇ ਰਹਿ ਰਹੀ ਸੀਗੀ ਅਤੇ 2-3 ਦਿਨ ਪਹਿਲਾਂ ਉਹਦਾ ਕਿਸੇ ਅਨਨੋਨ ਲੇਡੀ ਦੇ ਨਾਲ ਜਿਹੜੀ ਜਾਣਕਾਰੀ ਹੋ ਗਈ ਅਤੇ ਉਹ ਰਾਤ ਨੂੰ ਇਕੱਠੀ ਇਸ ਦੇ ਨਾਲ ਸੁੱਤੀ, ਜਿੱਥੇ ਕਿ ਕੰਪਲੇਂਟ ਦੇ 4 ਬੱਚੇ ਵੀ ਉਸ ਦੇ ਨਾਲ ਸੀ। ਉਹਦਾ ਇੱਕ ਛੋਟਾ ਬੱਚਾ ਆਦਿਤਿਆ ਜਿਸ ਦੀ ਉਮਰ ਕਰੀਬ 8-9 ਮਹੀਨੇ ਸੀ, ਉਹ ਦੂਸਰੀ ਜਿਹੜੀ ਲੇਡੀ ਕਿਤੇ ਉਹਨੂੰ ਆਪਣੇ ਨਾਲ ਲੈ ਗਈ ਹੈ, ਜਿੱਥੇ ਕਿ ਕੇਸ ਰਜਿਸਟਰ ਕੀਤਾ ਗਿਆ ਅਤੇ ਇਨਵੈਸਟੀਗੇਸ਼ਨ ਜਾਰੀ ਹੈ। ਉਹਦੀ ਫੁਟੇਜ ਵਗੈਰਾ ਲੈ ਕੇ ਉਹਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇੱਕ ਫੁਟੇਜ ਦੇ ਵਿੱਚ ਉਹਦੀ ਇੱਕ ਆਈ ਵੀ ਹੈ ਕਲੀਅਰ, ਉਹ ਸਾਰੇ ਗਰੁੱਪਸ ਪਾਈ ਗਈ ਹੈ, ਜਲਦੀ ਹੀ ਉਹਦਾ ਜਿਹੜਾ ਟਰੇਸ ਕਰ ਲਿਆ ਜਾਏਗਾ। ਹੁਣ ਪੁਲਿਸ ਕਿੰਨੀ ਜਲਦੀ ਇਸ ਸ਼ਾਇਦ ਔਰਤ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕਰਦੀ ਹੈ ਇਹ ਦੇਖਣਾ ਬਾਕੀ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।